ਸੀਚੇਵਾਲ ਦੇ ਲੋਕਾਂ ਨੇ ਚੌਥੀ ਵਾਰ ਸਰਬਸੰਮਤੀ ਨਾਲ ਚੁਣੀ ਪੰਚਾਇਤ। ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਮਾਹੌਲ ਪੂਰੀ ਤਰ੍ਹਾਂ ਗਰਮਾਉਂਦਾ ਜਾ ਰਿਹਾ ਹੈ, ਉੱਥੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੀਚੇਵਾਲ ਦੇ ਵਾਸੀਆਂ ਨੇ ਸਰਬਸੰਮਤੀ ਨਾਲ ਸਰਪੰਚ ਅਤੇ ਪੰਚਾਇਤ ਚੁਣ ਕੇ ਮਿਸਾਲ ਪੈਦਾ ਕੀਤੀ ਹੈ। ਦਰਅਸਲ ਸਰਪੰਚ ਲਈ 5 ਉਮੀਦਵਾਰ ਸਨ, ਜਿਸ ਤੋਂ ਬਾਅਦ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਪਿੰਡ ਵਾਸੀਆਂ ਦਾ ਇਕੱਠ ਕੀਤਾ ਅਤੇ ਉਹਨਾਂ ਨੂੰ ਸਭ ਤੋਂ ਯੋਗ ਵਿਅਕਤੀ ਨੂੰ ਸਰਪੰਚ ਚੁਣਨ ਲਈ ਕਿਹਾ, ਜਿਸ ਤੋਂ ਬਾਅਦ 27 ਸਾਲਾ ਪੜ੍ਹੇ ਲਿਖੇ ਨੌਜਵਾਨ ਤਜਿੰਦਰ ਸਿੰਘ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ। ਇਸ ਮੌਕੇ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਸਰਬਸੰਮਤੀ ਨਾਲ ਸਰਪੰਚ ਅਤੇ ਪੰਚਾਇਤ ਚੁਣਨ ਦਾ ਸੱਦਾ ਦਿੱਤਾ। ਬਹੁਤ ਗੁਰੂ ਪਾਤਸ਼ਾਹ ਦੀ ਕਿਰਪਾ ਹੋਈ ਆ, ਚੌਥੀ ਇਲੈਕਸ਼ਨ ਜਿਹੜੀ ਆ ਉਹ ਸਰਬਸੰਮਤੀ ਦੇ ਨਾਲ ਹੋਈ ਆ। ਅੱਜ ਪਹਿਲਾਂ ਸਾਰੇ ਵਾਰਡਾਂ ਨੇ ਆਪਣੇ ਆਪਣੇ ਮੈਂਬਰ ਚੁਣ ਲਏ, ਫਿਰ ਇਹ ਸਾਰੇ ਪਿੰਡ ਨੇ ਜਿਹੜਾ ਸੀ ਉਹ ਸਰਪੰਚ ਚੁਣ ਲਿਆ। ਉਹਦੇ ਵਿੱਚ 5 ਉਮੀਦਵਾਰ ਸੀ, ਯੋਗਤਾ ਦੇ ਆਧਾਰ ਦੇ ਉੱਤੇ, ਮੈਰਿਟ ਦੇ ਆਧਾਰ ਦੇ ਉੱਤੇ ਉਹ ਜਿਹੜਾ ਹੈ ਉਹ ਚੁਣਿਆ ਗਿਆ। ਉਹ ਐੱਮ ਏ ਪੀ ਏ ਜਿਹੜਾ ਹੈ ਐੱਮ ਫਿਲ ਪੀ ਐੱਚ ਡੀ ਕਰ ਰਿਹਾ ਵਿਦਿਆਰਥੀ ਹੈ, ਅਤੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਬੜੇ ਪਿਆਰ ਸਤਿਕਾਰ ਦੇ ਨਾਲ ਚੋਣ ਹੋ ਗਈ ਹੈ। ਅਤੇ ਇਸੇ ਤਰ੍ਹਾਂ ਹੀ ਹਰ ਪਿੰਡ ਦੇ ਵਿੱਚ ਸਾਨੂੰ ਆਪਣੇ ਉਮੀਦਵਾਰ ਸਰਪੰਚ ਚੁਣ ਲੈਣੇ ਚਾਹੀਦੇ ਆ, ਕਿਉਂਕਿ 30 ਤਰੀਕ ਨੂੰ ਵੋਟਾਂ ਆ ਰਹੀਆਂ। ਇਹ ਜਿਹੜਾ ਹਫ਼ਤਾ ਹੈ, ਇਹ ਪੰਦਰਵਾੜਾ ਹੈ, ਇਹ ਬਹੁਤ ਹੀ ਸਿੱਖ ਇਤਿਹਾਸ ਦੇ ਵਿੱਚ ਇਹ ਜਿਹੜਾ ਦਿਹਾੜਾ ਹੈ ਉਹ ਬੜਾ ਹੀ ਸ਼ਹਾਦਤਾਂ ਦਾ ਦੇ ਉਹ ਦਿਨ। ਅਤੇ ਇਹਨਾਂ ਦਿਨਾਂ ਦੇ ਵਿੱਚ ਅੱਗੇ ਕੋਈ ਵਿਆਹ ਨਹੀਂ ਸੀ ਰੱਖਦਾ ਕਿ ਇਹਨਾਂ ਦਿਨਾਂ ਦੇ ਵਿੱਚ ਖੁਸ਼ੀਆਂ ਨਹੀਂ ਮਨਾਉਣੀਆਂ ਚਾਹੀਦੀਆਂ, ਕਿਉਂਕਿ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ, ਮਾਤਾ ਜੀ ਅਤੇ ਪਤਾ ਨਹੀਂ ਅਨੇਕਾਂ ਗੁਰਸਿੱਖ ਜਿਹੜੇ ਸ਼ਹਾਦਤਾਂ ਨੂੰ ਪ੍ਰਾਪਤ ਹੋਏ। ਸੋ ਇਸ ਵਾਸਤੇ ਅਸੀਂ ਬੇਨਤੀ ਕਰਾਂਗੇ ਕਿ ਹਰ ਪਿੰਡ ਵਾਸੀਆਂ ਨੂੰ ਵੀ ਜਿਸ ਤਰ੍ਹਾਂ ਵੀ ਹੈ ਤੁਸੀਂ ਆਪਣੇ ਸਰਬਸੰਮਤੀ ਕਰਕੇ ਇਲੈਕਸ਼ਨਾਂ ਦੀ ਚੋਣ ਨਾ ਹੋਵੇ, ਸਰਬਸੰਮਤੀ ਨਾਲ ਤੁਸੀਂ ਆਪਣੀ ਪੰਚਾਇਤਾਂ ਚੁਣੋ, ਤਾਂ ਕਿ ਉਹਨਾਂ ਦਿਹਾੜਿਆਂ ਦੇ ਉੱਤੇ ਪਿੰਡਾਂ ਦੇ ਵਿੱਚ ਸ਼ਰਾਬ, ਹੋਰ ਬੇਅੰਤ ਤਰ੍ਹਾਂ ਦੇ ਜਿਹੜੇ ਕਾਰਜ ਹੁੰਦੇ ਆ ਇਹਨਾਂ ਇਲੈਕਸ਼ਨਾਂ ਦੇ ਵਿੱਚ, ਉਹਨਾਂ ਤੋਂ ਬਚਿਆ ਜਾ ਸਕੇ।